ਪਾਜੀ ਥੱਲੇ ਬਹਿ ਗਏ। ਅਲਾਮਾ ਮਖਸੂਸ ਸਾਹਿਬ ਬੜੇ ਦਰਵੇਸ਼ ਸਿਫਤ ਆਦਮੀ ਨੇ, ਅੱਲਾ ਪਾਕ ਇਹਨਾਂ ਦੇ ਇਲਮੋ ਫਜ਼ਲ ਵਿੱਚ ਬਰਕਤ ਕਰੇ ਔਰ ਅੱਲਾ ਪਾਕ ਇਹਨਾਂ ਨੂੰ ਫਜ਼ੀਲਤਾਂ ਅਤਾ ਕਰੇ। ਬੜੇ ਦਰਵੇਸ਼ ਤਬ ਆਦਮੀ ਨੇ ਔਰ ਤੁਹਾਡੀ ਕੋਟ ਨੱਕੇ ਵਾਲਿਆਂ ਦੀ ਖੁਸ਼ ਨਸੀਬੀ ਹੈ ਵੀ ਤੁਹਾਨੂੰ ਅੱਲਾ ਹੀ ਹੋ ਜਿਹਾ ਆਲਿਮ ਦਿੱਤਾ। ਆਲਿਮ ਸੂ ਯਾਨੀ ਉਹ ਜਿਹੜਾ ਬੇਅਮਲ ਆਲਿਮ ਹੈ ਉਹ ਹਰ ਸਰੀਰ ਤੋਂ ਵੀ ਇਸ਼ਾਰੇ ਚ, ਔਰ ਜਿਹੜਾ ਆਲਿਮ ਬਾਅਮਲ ਹੈ ਉਹ ਹਰ ਖੈਰ ਤੋਂ ਜ਼ਿਆਦਾ ਖੈਰ ਵਾਲਾ ਹੈ। ਉਹ ਖੈਰੁਮ ਮਿਨਲ ਅਖਿਆਰ ਹੈ, ਉਹ ਸਭ ਖੈਰਾਂ ਵਿੱਚੋਂ ਜ਼ਿਆਦਾ ਖੈਰ ਵਾਲਾ ਹੈ ਜਿਹੜਾ ਦੀਨ ਦਾ ਆਲਿਮ ਹੈ, ਉਹਦਾ ਮੂੰਹ ਵੇਖਣਾ ਇਬਾਦਤ ਹੈ। ਆਲਮੇ ਦੀਨ ਦਾ ਮੂੰਹ ਵੇਖਣਾ ਇਹ ਨੇਕ ਆਲਮਾਂ ਵਿੱਚ, ਅਲਾਮਾ ਮਖਸੂਸ ਅਹਿਮਦ ਸਾਹਿਬ ਨੇਕ ਆਲਮਾਂ ਵਿੱਚ ਸ਼ੁਮਾਰ ਹੋ। ਅੱਲਾ ਅੱਛੇ ਬੰਦੇ, ਮੈਂ ਆਪਣੇ ਹੁਸਨੇ ਜ਼ਨ ਤੇ ਬਾਤ ਕਰ ਰਹੀ ਔਰ ਤੁਸੀਂ ਕੋਟ ਨੱਕੇ ਵਾਲੇ ਬੜੇ ਨਸੀਬਾਂ ਵਾਲੇ ਹੋ ਕਿ ਅੱਲਾ ਪਾਕ ਨੇ ਤੁਹਾਨੂੰ ਉਹ ਆਲਿਮ ਦਿੱਤਾ ਹੈ ਜਿਹੜਾ ਹਜ਼ੂਰ ਦੇ ਦੀਨ ਦੀ ਨੌਕਰੀ ਕਰੇ। ਅੱਲਾ ਇਹਨਾਂ ਚ ਰਾਜ਼ੀ ਹੋਵੇ ਔਰ ਅੱਲਾ ਇਹਨਾਂ ਨੂੰ ਬਰਕਤ ਔਰ ਅੱਲਾ ਇਹਨਾਂ ਨੂੰ ਖੈਰ ਅਤਾ ਫਰਮਾਏ।